ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਪੰਜਾਬ ਪੁਲਿਸ ਕਨਸਟੇਬਲ ਵਾਲਿਆਂ ਲਈ ਮੌਕ ਟੈਸਟ ਲੈ ਕੇ ਆਇਆ ਹਾਂ ਇਹ ਮੌਕ ਟੈਸਟ 30 ਨੰਬਰ ਦਾ ਹੈ ਜਿਸ ਦੇ ਵਿੱਚ ਮਿਕਸ ਕੁਐਸਚਨ ਪਾਏ ਗਏ ਹਨ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ ਬਾਕੀ ਤੁਸੀਂ ਟੈਨਸ਼ਨ ਨਹੀਂ ਲੈਣੀ ਬਿਨਾਂ ਟੈਨਸ਼ਨ ਤੋਂ ਪੇਪਰ ਦੇਣਾ ਹੈ ਤੁਸੀਂ ਤਿਆਰੀ ਕਰ ਰਹੇ ਹੋ ਵਧੀਆ ਹੀ ਹੋਏਗਾ ਤੁਹਾਡਾ ਸਾਰਿਆਂ ਦਾ ਪੇਪਰ ਸੋ ਬਿਨਾਂ ਟੈਨਸ਼ਨ ਤੋਂ ਪੇਪਰ ਦਿਓ ਠੀਕ ਹੈ ਬਾਕੀ ਤਿਆਰੀ ਆਪਣੀ ਕਰੋ ਰਿਵੀਜ਼ਨ ਕਰਕੇ ਜਰੂਰ ਜਾਓ ਸਾਰਿਆਂ ਜਿੰਨੀਆਂ ਮੈਂ ਵੀਡੀਓ ਬਣਾਈਆਂ ਹੋਈਆਂ ਦੇਖ ਲਿਓ ਜਿੰਨੀਆਂ ਵੀ ਦੇਖ ਸਕਦੇ ਹੋ ਠੀਕ ਹੈ ਚਲੋ ਆਪਾਂ ਇਸ ਟੈਸਟ ਨੂੰ ਸ਼ੁਰੂ ਕਰਦੇ ਹਾਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਪਾਈ ਜਾਂਦੇ ਹਨ ਮੈਂ ਕੁਐਸਚਨ ਬੋਲੂਗਾ ਆਪਸ਼ਨ ਆਪ ਰੀਡ ਕਰਿਓ ਨਾਲ ਦੀ ਨਾਲ ਮੈਂ ਸਹੀ ਆਨਸਰ ਦੱਸੂਗਾ ਜੇ ਤੁਹਾਡੇ 28 ਪਲੱਸ ਕੁਐਸਚਨ ਸਹੀ ਹੁੰਦੇ ਆ ਤਾਂ ਸਮਝੋ ਤੁਹਾਡੀ ਤਿਆਰੀ ਵਧੀਆ ਹੈ ਅਤੇ ਜੇ ਤੁਹਾਨੂੰ ਕਿਸੇ ਕੁਐਸਚਨ ਦਾ ਆਨਸਰ ਨਹੀਂ ਪਤਾ ਤਾਂ ਵੀ ਮੈਂ ਦੱਸੂਗਾ ਨਾਲ ਦੀ ਨਾਲ ਸੋ ਜੇ ਤੁਹਾਨੂੰ ਪੇਪਰ ਵਿੱਚੋਂ ਕੁਐਸਚਨ ਆਉਂਦਾ ਹੈ ਤਾਂ ਉਸ ਦਾ ਆਨਸਰ ਤੁਸੀਂ ਦੇ ਸਕਦੇ ਹੋ ਇਸ ਦਾ ਸਹੀ ਉੱਤਰ ਹੋ ਜਾਏਗਾ ਹੁਸ਼ਿਆਰਪੁਰ অপਸ਼ਨ A ਪਰ ਤੁਸੀਂ ਖੁਦ ਟਰਾਈ ਕਰੋ ਟੈਸਟ ਦੇਣ ਦੀ ਕਿਉਂਕਿ ਤੁਸੀਂ ਪੇਪਰ ਦੇਣਾ ਹੈ ਇਸ ਦਾ ਨੈਕਸਟ ਕੁਐਸਚਨ ਹੈ ਪੌਦੇ ਮੁੱਖ ਰੂਪ ਵਿੱਚ ਆਪਣੀ ਖਰਾਬ ਕਿੱਥੋਂ ਪ੍ਰਾਪਤ ਕਰਦੇ ਹਨ অপਸ਼ਨ ਤੁਹਾਡੇ ਸਾਹਮਣੇ ਦੇਖ ਲਓ ਇਸ ਦਾ ਰਾਈਟ ਆਨਸਰ ਹੋ ਜਾਏਗਾ ਮਿੱਟੀ ਤੋਂ ਠੀਕ ਹੈ ਜੇ ਤੁਹਾਨੂੰ ਆਉਂਦਾ ਹੈ ਕਿ ਪੌਦੇ ਆਪਣਾ ਭੋਜਨ ਕਿਵੇਂ ਬਣਾਉਣੀ ਹੈ ਤਾਂ ਸੂਰਜ ਦੀ ਰੋਸ਼ਨੀ ਤੋਂ ਸਹੀ ਆਨਸਰ ਹੋ ਜਾਣਾ ਸੀ ਸੋ ਪੇਪਰ ਵਿੱਚ ਇਸ ਤਰ੍ਹਾਂ ਮਿਲਦੀਆਂ ਜੁਲਦੀਆਂ ਆਪਸ਼ਨਾਂ ਤੁਹਾਨੂੰ ਆਉਣਗੀਆਂ ਤੁਸੀਂ ਧਿਆਨ ਨਾਲ ਸੋਚ ਕੇ ਆਨਸਰ ਦਿਓ ਜਿਹੜੇ ਕੁਐਸਚਨ ਤੁਹਾਨੂੰ ਪੱਕਾ ਸ਼ੋਰ ਹੈ ਕਿ ਹਾਂ ਇਸ ਦਾ ਆਨਸਰ ਇਹ ਹੈ ਉਸ ਦਾ ਆਨਸਰ ਹੀ ਤੁਸੀਂ ਪਹਿਲਾਂ ਦਿਓ ਬਾਕੀ ਜਿਨ੍ਹਾਂ ਤੇ ਡਾਊਟ ਹੈ ਉਹਨਾਂ ਨੂੰ ਤੁਸੀਂ ਬਾਅਦ ਦੇ ਵਿੱਚ ਕਰਨਾ ਹੈ ਅਗਲਾ ਕੁਐਸਚਨ ਅ ਪਰਸਨ ਹੂ ਮਰਡਰਡ ਅ ਊਮਨ ਡੈਸ਼ ਕੋਲਡ ਬਲੱਡ ਬਾਸ ਅਰੈਸਟਡ ਯਸਟਰਡੇ इसका राइट आंसर हो जाएगा बिद ऑप्शन ए अगला क्वेश्चन ई बिलीव्स एज इफ अ डैश किंग इसका सही उत्तर हो जाएगा वर ऑप्शन बी नेक्स्ट क्वेश्चन पंजाब के सुे इलाकों में किस किस्म की वनस्पति पाई जाती है राइट right आंसर हो जाएगा ਸੋਚੋ ਜਲਦੀ ਬੁਸਰੀ ਬਨਸਪਤੀ ਬੁਸਰੀ ਬਨਸਪਤੀ ਮੇਰੇ ਖਿਆਲ ਉਹਨੂੰ ਕਹਿੰਦੇ ਆ ਜਿਵੇਂ ਝਾੜ ਝਾੜ ਫੂਸ ਹੁੰਦਾ ਜਿਹੜਾ ਠੀਕ ਆ ਜਿਵੇਂ ਝਾੜੀਆਂ ਜੀ ਹੁੰਦੀਆਂ ਐ ਕਿਸ ਪੋਸ਼ਕ ਤੱਤ ਦੀ ਪੌਦੇ ਨੂੰ ਜ਼ਰੂਰਤ ਨਹੀਂ ਹੁੰਦੀ ਸਹੀ ਉੱਤਰ ਹੋ ਜਾਏਗਾ ਆਇਓਡੀਨ ਆਇਓਡੀਨ ਦੀ ਪੌਦੇ ਨੂੰ ਜ਼ਰੂਰਤ ਨਹੀਂ ਹੁੰਦੀ ਅਗਲਾ ਕੁਐਸਚਨ ਉਹ ਕਿਹੜੀ ਗਲੀ ਡੈਸ਼ ਖਾਨ ਨੂੰ ਪੂਰਾ ਕਰੋ ਜਿੱਥੇ ਭਾਗੋ ਨਹੀਂ ਖੜੀ ਅਖਾਣਾਂ ਤੇ ਮਹਾਵਰੇ ਜਰੂਰ ਪੜ ਜਾਇਓ ਕੋਈ ਪ੍ਰਾਣੀ ਬੁੱਕ ਤੁਹਾਡੇ ਕੋਲ ਪਈ ਹੋਣੀ ਠੀਕ ਹੈ ਕਿਉਂਕਿ ਅਖਾਣਾਂ ਤੇ ਮਹਾਵਰੇ ਤੁਹਾਨੂੰ ਇੰਨੇ ਆਸਾਨ ਨਹੀਂ ਆਉਣ ਲੱਗੇ ਦਿਵਯਾਂ ਸਿੰਘ ਪਵਾਰ ਅਤੇ ਐਲੈਵਨਲ 12 ਰੀਵਲ ਬਾੜਾ ਰੀਵਨ ਜੋ ਹਾਲ ਹੀ ਵਿੱਚ ਖਬਰਾਂ ਵਿੱਚ ਸਨ ਕਿਸ ਖੇਡ ਨਾਲ ਜੁੜੇ ਹੋਏ ਸਨ ਸਹੀ ਉੱਤਰ ਹੋ ਜਾਏਗਾ ਸੋਚੋ ਸ਼ੂਟਿੰਗ ਆ ਨਾਮ ਯਾਦ ਰੱਖ ਲਿਓ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਸਵੈਛਿਤ ਵਿਦੇਸ਼ੀ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਹੈ ਰਾਈਟ ਆਨਸਰ ਹੈ অপਸ਼ਨ ਡੀ ਆਰਟੀਕਲ 9 ਅਗਲਾ ਕੁਐਸਚਨ ਹੈ ਤੂਤਾਂ ਵਾਲਾ ਖੂਦ ਦਾ ਲੇਖਕ ਕੌਣ ਹੈ ਰਾਈਟ ਆਨਸਰ ਹੋ ਜਾਏਗਾ ਸੋਨ ਸਿੰਘ ਸੀਤਲ ਕਾਫੀ ਇੰਪੋਰਟੈਂਟ ਕੁਐਸਚਨ ਹੈ ਵਿੱਚ ਸ਼ਾਰਟਕਟ ਕੀ ਇਸ ਜੂਸ ਟੂ ਸਟਾਰਟ ਪ੍ਰੈਜੈਂਟੇਸ਼ਨ ਫਰੋਮ ਦਾ ਕਰੰਟ ਸਲਾਈਡ ਪ੍ਰੈਜੈਂਟੇਸ਼ਨ ਸਲਾਈਡ ਸ਼ੁਰੂ ਕਰਨ ਲਈ ਕਿਹੜੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਿਫਟ ਪਲੱਸ ਐਫ 5 ਆਪਸ਼ਨ ਬੀ ਬਿਚ ਸ਼ੋਰਟਕਟ ਕੀ ਇਸ ਯੂਜ਼ ਟੂ ਸਿਲੈਕਟ ਆਲ ਦਾ ਸਲਾਈਡਸ ਸਿਲੈਕਟ ਸਾਰੀਆਂ ਸਲਾਈਡਸ ਨੂੰ ਸਿਲੈਕਟ ਕਰਨ ਲਈ ਕਿਹੜੀ ਕੀ ਯੂਜ਼ ਕੀਤੀ ਜਾਂਦੀ ਹੈ ਕੰਟਰੋਲ ਪਲੱਸ A অপਸ਼ਨ C রাইਟ ਆਂਸਰ ਹੋ ਜਾਏਗਾ ਅਗਲਾ ਔਪਸ਼ਨ ਹੈ ਆਸਾਂ ਦੀ ਬਾਾਰ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ অপশন এ রাইট आंसर अगला क्वेश्चन ओ केड़ी ਬਾਣੀ ਆ ਜਿਸ ਵਿੱਚ ਅਚਲ ਬਟਾਲੇ ਦੁਆਰਾ ਜੋਗੀਆਂ ਵਿਚਾਰ ਵਿਚਾਰ ਬਟੰਦਰੇ ਨੂੰ ਦਰਜ ਕੀਤਾ ਗਿਆ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਸਹੀ ਉੱਤਰ ਦੱਸੋ ਸਹੀ ਉੱਤਰ ਹੋ ਜਾਏਗਾ ਸਿੱਧ ਗੋਸ਼ਟ অপশন ਸੀ ਡਰਾਮਾ ਸਟੇਜ ਜੇ ਡਰਾਮਾ ਸਟੇਜ ਹੈ ਤਾਂ ਟੈਨਿਸ ਕੀ ਹੋਏਗਾ অপশন ਪੜ੍ਹ ਲਓ ਅਤੇ ਟਰਾਈ ਕਰੋ ਆਨਸਰ ਦੇਣ ਦੀ ਡਰਾਮਾ ਕਿੱਥੇ ਹੁੰਦਾ ਹੈ ਸਟੇਜ ਤੇ ਠੀਕ ਹੈ ਟੈਨਿਸ ਕਿੱਥੇ ਖੇਲੀ ਜਾਂਦੀ ਹੈ ਕੋਰਟ ਤੇ ਠੀਕ ਹੈ ਜੋ ਟੈਨਿਸ ਦਾ ਗਰਾਊਂਡ ਹੁੰਦਾ ਹੈ ਉਸ ਨੂੰ ਕੋਰਟ ਕਹਿੰਦੇ ਆ ਟੈਨਿਸ ਕੋਰਟ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਭਾਰਤੀ ਸੰਵਿਧਾਨ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਮੋਸਟ ਇੰਪੋਰਟੈਂਟ ਕੁਐਸਚਨ ਬਹੁਤ ਜ਼ਿਆਦਾ ਚਾਂਸ ਹੈ ਆਉਣ ਦੇ ਸਹੀ ਉੱਤਰ ਹੋ ਜਾਏਗਾ 25 ਆਪਸ਼ਨ ਸੀ ਬੁਨਿਆਦੀ ਕਰਤੱਵਾਂ ਦਾ ਵਿਚਾਰ ਭਾਰਤੀ ਸੰਵਿਧਾਨ ਵਿੱਚ ਕਿੱਥੋਂ ਲਿਆ ਗਿਆ ਹੈ ਰਾਈਟ ਆਨਸਰ ਹੋ ਜਾਏਗਾ ਰੂਸ ਦੇ ਸੰਵਿਧਾਨ ਤੋਂ ਆਪਸ਼ਨ ਸੀ ਪੰਜਾਬ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਰੱਦ ਕੀਤਾ ਗਿਆ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਸਹੀ ਉੱਤਰ ਹੈ 1970 ਦੇ ਵਿੱਚ ਵਿਧਾਨਪ੍ਰੈਸ਼ਦ ਨੂੰ ਰੱਦ ਕੀਤਾ ਗਿਆ ਸੀ অপਸ਼ਨ ਸੀ ਕਿਹੜਾ ਨਾਅਜ਼ ਸਿਰਫ ਔਰਤਾਂ ਦੁਆਰਾ ਕੀਤਾ ਜਾਂਦਾ ਹੈ ਸਹੀ ਉੱਤਰ ਹੋ ਜਾਏਗਾ ਸੰਮੀ ਕੰਪਿਊਟਰ ਤੋਂ ਪ੍ਰਿੰਟਡ ਆਉਟਪੁੱਟ ਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੋ ਜਾਏਗਾ ਹਾਰਡ ਕਾਪੀ অপਸ਼ਨ ਸੀ ਸਿਸਮੋਗ੍ਰਾਫ ਇੱਕ ਉਦਾਹਰਣ ਹੈ ਕਿਸ ਦੀ ਉਦਾਹਰਣ ਹੈ ਐਨਾਲੌਗ ਕੰਪਿਊਟਰ ਦੀ ਆਪਸ਼ਨ ਏ ਰਾਈਟ ਆਨਸਰ ਹੋ ਜਾਏਗਾ ਕਿਸ ਨੇ ਫਿਲਮ ਫੇਅਰ ਅਵਾਰਡਸ 2021 ਵਿੱਚ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਜਿੱਤਿਆ ਕਾਫੀ ਇੰਪੋਰਟੈਂਟ ਕੁਐਸਚਨ ਆ ਕਰੰਟ ਅਫੇਅਰ ਦਾ ਕੁਐਸਚਨ ਆ ਸਕਦਾ ਹੈ ਰਾਈਟ ਆਨਸਰ ਹੋ ਜਾਏਗਾ ਇਰਫਾਨ ਖਾਨ ਆਪਸ਼ਨ ਸੀ ਕਿਸ ਟੀਮ ਨੇ ਵਿਜੇ ਹਜ਼ਾਰੇ ਟਰਾਫੀ ਜਿੱਤੀ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਰਾਈਟ ਆਨਸਰ ਹੋ ਜਾਏਗਾ ਮੁੰਬਈ অপਸ਼ਨ ਏ ਬੰਦਾ ਸਿੰਘ ਬਹਾਦਰ ਅਧਿਨ ਸਿੱਖਾਂ ਦੀ ਰਾਤਾਂ ਨਹੀਂ ਕਿਸ ਨੂੰ ਬਣਾਇਆ ਗਿਆ ਸੀ ਸਹੀ ਉੱਤਰ ਹੋ ਜਾਏਗਾ ਲੋਗੜ অপਸ਼ਨ ਏ ਅਗਲਾ ਕੁਐਸ਼ਨ ਪੰਜਾਬ ਵਿੱਚ ਬਾਬਾ ਲਾਲ ਜੀ ਸਨ ਕੀ ਸਨ ਬਾਬਾ ਲਾਲ ਜੀ ਸਮਾਜ ਸੁਧਾਰਕ অপਸ਼ਨ ਬੀ ਰਾਈਟ ਆਨਸਰ ਪੰਜਾਬ ਉੱਤੇ ਹਮਲਾ ਕਰਨ ਵਾਲਾ ਆਖਰੀ ਵਿਦੇਸ਼ੀ ਸਮੂਹ ਕਿਹੜਾ ਸੀ ਸਹੀ ਉੱਤਰ ਹੋ ਜੇਗਾ ਬ੍ਰਿਟਿਸ਼ ਅੰਗਰੇਜ਼ ਅੰਗਰੇਜ਼ਾਂ ਨੇ ਆਖਰੀ ਹਮਲਾ ਕੀਤਾ ਸੀ ਪੰਜਾਬ ਦੇ ਉੱਤੇ ਕਰਤਾਰ ਸਿੰਘ ਸਰਾਬਾ ਕਿਸ ਪਾਰਟੀ ਨਾਲ ਸੰਬੰਧਿਤ ਸਨ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿਸੇ ਨਾ ਕਿਸੇ ਸ਼ਿਫਟ ਵਿੱਚ ਇਹ ਕੁਐਸਚਨ ਜ਼ਰੂਰ ਆਏਗਾ ਗਦਰ ਪਾਰਟੀ ਗਦਰ ਪਾਰਟੀ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਮੈਂ ਪਹਿਲਾਂ ਵੀ ਕਰਵਾ ਚੁੱਕੇ ਹਾਂ ਇੱਕ ਕੁਐਸਚਨ ਪੱਕਾ ਆਉਣਾ ਹੀ ਆਉਣਾ ਹੈ ਪੀਪਰ ਦੇ ਵਿੱਚ ਠੀਕ ਹੈ ਗਦਰ ਪਾਰਟੀ ਨਾਲ ਰਿਲੇਟਡ ਕਿਸ ਆਧਾਰ ਤੇ ਹਾਈ ਕੋਰਟ ਦੇ ਜੱਜ ਤੇ ਮਹਾਂਦੋਸ਼ ਲਗਾਇਆ ਜਾ ਸਕਦਾ ਹੈ ਸਹੀ ਉੱਤਰ ਹੋ ਜਾਏਗਾ ਏ ਅਤੇ ਬੀ ਦੋਨੇ ਗਲਤ ਵਿਹਾਰ ਨੂੰ ਸਾਬਿਤ ਕਰਕੇ ਜਾਂ ਫਿਰ ਅਯੋਗਤਾ ਦੇ ਆਧਾਰ ਦੇ ਉੱਤੇ ਕਣਕ ਖੇਤ ਕੁੜੀ ਪੇਟ ਆਜਵਈਆ ਮੰਡੇਖਾ ਕੀ ਹੈ ਦੇਖ ਲਓ অপਸ਼ਨ ਆ ਮਿਲਦਿਆਂ ਜੁਲਦਿਆਂ ਐ ਠੀਕ ਐ ਜੇ ਤੁਸੀਂ ਇਹ ਪੜਿਆ ਹੋਇਆ ਹੋਇਆ ਹੋਏਗਾ ਤਾਂ ਹੀ ਤੁਸੀਂ ਇਸ ਦਾ ਆਨਸਰ ਕਰ ਸਕਦੇ ਹੋ ਕਿ ਇਹ ਹੈ ਕਿ ਅਖਾਨ ਹੈ ਮੁਹਾਵਰਾ ਹੀ ਲੋਕੀਤ ਹੈ ਜਾਂ 부ਝਾਰਤ ਹੈ ਸਹੀ ਉੱਤਰ ਹੈ ਅਖਾਨ অপਸ਼ਨ ਸੀ ਕਿਹੜਾ ਸ਼ਬਦ ਜ਼ੁਲਮ ਦਾ ਸਮਾਨਾਰਥੀ ਹੈ ਸਹੀ ਉੱਤਰ ਹੋ ਜਾਏਗਾ ਅਤਿਆਚਾਰ ਇਸ ਦੀਆਂ ਵੀ ਆਪਸ਼ਨਾਂ ਮਿਲਦੀਆਂ ਜੁਲਦੀਆਂ ਐ ਠੀਕ ਹੈ ਸੋ ਤੁਸੀਂ ਆਰਾਮ ਨਾਲ ਸੋਚ ਕੇ ਆਨਸਰ ਦੇਣਾ ਹੈ ਗਲਤ ਨਾ ਕਰਿਓ ਪੇਪਰ ਦੇ ਵਿੱਚ ਆਰਾਮ ਨਾਲ ਸੋਚ ਕੇ ਆਨਸਰ ਦਿਓ ਪਰ ਪਹਿਲਾਂ ਉਹ ਕੁਐਸਚਨ ਜ਼ਰੂਰ ਕਰ ਲਿਓ ਸਾਰੇ ਜਿੰਨੇ ਵੀ ਤੁਹਾਨੂੰ ਆਉਂਦੇ ਆ ਠੀਕ ਹੈ ਬਾਕੀ ਜਿਨ੍ਹਾਂ ਦੇ ਡਾਊਟ ਆ ਉਹਨਾਂ ਨੂੰ ਸੋਚ ਕੇ ਕਰਿਓ ਬਾਕੀ ਪਲੇਲਿਸਟ ਵਿੱਚ ਵੀਡੀਓਜ਼ ਬਣਾਈਆਂ ਹੋਈਆਂ ਐ ਸਾਰੀਆਂ ਵੀਡੀਓਜ਼ ਦੇਖ ਲਿਓ ਸਾਰਿਆਂ ਨੂੰ ਬੈਸਟ ਆਫ ਲੱਕ ਮਿਲਦੇ ਆ ਅਗਲੀ ਵੀਡੀਓ ਵਿੱਚ